ਪਾਸੇ ਤੂੰ ਬੱਬੂ ਇੱਕ ਪਾਸੇ ਹੈ ਜਗ ਸਾਰਾ। ਰੀਅਲ ਹੋਵੇ ਜਾਂ ਫਿਰ ਰੀਲ ਹੋਵੇ, ਹਫਤੇ ਦੇ ਵਿੱਚ ਇੱਕ ਅੱਧੀ ਵਾਰ ਨਾ ਡਿਆਂ ਡਿਆਂ ਵਾਲਿਆਂ ਦੇ ਦਰਸ਼ਨ ਤਾਂ ਹੋ ਹੀ ਜਾਂਦੇ ਨੇ। ਜਿਵੇਂ ਹਿੰਦੀ ਸਿਨੇਮਾ ਦੇ ਵਿੱਚ ਜਦ ਵੀ ਕੋਈ ਬਾਹਰਲਾ ਬੰਦਾ ਦਿਖਾਉਣਾ ਹੁੰਦਾ ਆ ਤੇ ਉਹ ਹਮੇਸ਼ਾ ਇਸ ਐਕਸੈਂਟ ਦਾ ਇਸਤੇਮਾਲ ਕਰਦੇ ਨੇ, ਕਰਦੀ ਪਈ ਸੀਗੀ, ਆਉਂਦੀ ਪਈ ਸੀਗੀ, ਜਾਂਦੀ ਪਈ ਸੀਗੀ। ਸਿਮਿਲਰਲੀ ਹੁਣ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵੀਂ ਧੁਨ ਸਵਾਰ ਹੋ ਚੁੱਕੀ ਹੈ। ਜਦ ਵੀ ਅੰਮ੍ਰਿਤਸਰ ਦਾ ਕੋਈ ਕੈਰੇਕਟਰ ਦਿਖਾਉਣਾ ਹੁੰਦਾ ਤੇ ਬਸ ਉਹ ਬੰਦਿਆਂ ਨੂੰ ਮਿਲਿਆ ਤੁਸੀਂ, ਇਸ ਤੋਂ ਸਿਵਾ ਵੀ ਤਾਂ ਮਿਲ ਕੇ ਵੇਖੋ ਮਾਝੇ ਵਾਲਿਆਂ ਨੂੰ, ਪਤਾ ਲੱਗੇਗਾ ਕਿ ਡਿਆ ਡਿਆ ਦੇ ਅੱਗੇ ਹਲੇ ਬਹੁਤ ਕੁਛ ਹੈ ਪਿਆ। ਰੱਬ ਵੀ ਜਾਣਦਾ ਰਾਈਟਰ ਸਾਹਿਬ ਚਾਹੁੰਦੇ ਕੀ ਨੇ। ਹਲੇ ਤਾਜ਼ਾ ਤਾਜ਼ਾ ਪਿਛਲੇ ਹਫਤੇ ਦੀ ਗੱਲ ਹੀ ਕਰਦੇ ਹਾਂ ਤੇ ਜੱਟਾਂ ਦੇ ਮੁੰਡੇ ਨੂੰ ਭਈਆ ਰਾਣੀ ਦੀ ਕੁੜੀ ਦੇ ਨਾਲ ਵਿਆਹ ਦਿੱਤਾ ਤੇ ਇਸ ਹਫਤੇ ਜੱਟਾਂ ਦੀ ਲਾਡੋ ਬੰਸਲਾਂ ਦੇ ਘਰੇ ਲੱਡੂ ਖਾਣਾ ਕਾਫੀ ਪਸੰਦ ਕਰ ਰਹੀ ਹੈ। ਈਵਨ ਆਈ ਲਵ ਬੇਸਣ ਦੇ ਲੱਡੂ, ਪਰ ਬੰਸਲਾਂ ਦੇ ਨੀ, ਉਹਨਾਂ ਦੇ ਨਾਲ ਜਿਹੜਾ ਗੁਰੂ ਨਾਨਕ ਸਵੀਟਸ ਹੈ ਨਾ ਉਹਨਾਂ ਦੇ। ਹਾਂ ਮਿੱਠਾ ਨਹੀਂ, ਡਾਈਟਿੰਗ ਕਰਨੀ ਆ। ਚਲੋ ਫਿਰ ਤੁਹਾਨੂੰ ਆਨਲਾਈਨ ਰਿਵਿਊ ਦੇ ਹੀ ਦੇਣੀ ਆ, ਜਾਓ ਕਰਾ ਲਓ ਆਪਣੇ ਟਿਕਟ ਬੁੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰਤਾਲ ਸਿਆਂ, ਤੁਸੀਂ ਮੇਰਾ ਨਾਮ ਵੇਖ ਰਹੇ ਹੋ ਅਮੀਰਨ ਵਰਲਡ। ਅੱਜ ਅਸੀਂ ਕਰਨ ਵਾਲੇ ਹਾਂ 18 ਅਕਤੂਬਰ 2019 ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ ਅੜਮ ਮੁਟਿਆਰਾਂ ਦਾ ਆਨੈਸਟ ਰਿਵਿਊ ਤੇ ਨਾਲ ਹੀ ਨਾਲ ਫੈਸਟਿਵ ਸੀਜ਼ਨ ਦੀਆਂ ਬਹੁਤ 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 ਸਾਰੀਆਂ ਮੁਬਾਰਕਾਂ। ਅੜਮ ਮੁਟਿਆਰਾਂ ਦੀ ਕਾਸਟ ਹੈ ਸੋਨਮ, ਨਿੰਜਾ, ਮਹਿਰੀਨ, ਡੈਬਿਊ ਕਰ ਰਹੇ ਨੇ ਅਜੇ ਸਰਕਾਰੀਆ, ਸੁਦੇਸ਼ ਲਹਿਰੀ ਤੇ ਨਾਲ ਹੀ ਨਾਲ ਮਨਿੰਦਰ ਬੁੱਟਰ। ਨਹੀਂ ਨਹੀਂ ਨਹੀਂ, ਮਨਿੰਦਰ ਬੁੱਟਰ ਦਾ ਰੋਲ ਮਿਸਟਰ ਇੰਡੀਆ ਵਾਂਗ ਹੈ, ਦਿਖਦੇ ਨਹੀਂ ਹੈ, ਸਿਰਫ ਸੁਣਾਈ ਦਿੰਦੇ ਨੇ। ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਸੈਕਿੰਡ ਹਾਫ ਦੇ ਕਾਫੀ ਸਾਰੇ ਪੋਰਸ਼ਨ ਦੇ ਵਿੱਚ BGM ਦੇ ਵਿੱਚ ਮਨਿੰਦਰ ਬੁੱਟਰ ਦਾ ਗਾਣਾ ਇਸਤੇਮਾਲ ਕੀਤਾ ਗਿਆ ਹੈ ਤੇ ਨਾਲ ਹੀ ਨਾਲ ਜਾਸਮਿਨ ਸੈਂਡਲਰ, ਹੋਰ ਵੀ ਬਹੁਤ ਸਾਰੇ ਜਿਹੜੇ ਗਾਣੇ ਨੇ ਉਹ ਇਸਤੇਮਾਲ ਕੀਤੇ ਗਏ ਨੇ। ਪਰ ਸਭ ਤੋਂ ਵੱਧ ਨਾ ਵਾਈਟਲ ਵਾਲੇ ਨੇ ਆਪਣੇ ਮੁੰਡੇ ਦੀ ਪ੍ਰੋਮੋਸ਼ਨ ਕੀਤੇ ਆ। ਸ਼ੁਰੂਆਤ ਹੁੰਦੀ ਹੈ ਦੋ ਰਿਕਵਰੀ ਏਜੰਟਸ ਦੇ ਮੇਲ ਮਿਲਾਪ ਤੋਂ। ਪਹਿਲੇ ਰਿਕਵਰੀ ਏਜੰਟ ਨੇ ਨਿੰਜਾ ਯਾਨੀ ਕਿ ਵਿੱਕੀ ਅਹੂਜਾ, ਸੱਚੀ ਦੱਸਾਂ ਨਿੰਜਾ ਨੇ ਐਕਚੁਅਲ ਦੇ ਵਿੱਚ ਸਰਪ੍ਰਾਈਜ਼ ਕਰ ਦਿੱਤਾ ਹੈ। ਵਿੱਕੀ ਅਹੂਜਾ ਵਾਲਾ ਕੈਰੈਕਟਰ ਨਾ ਉਹਨਾਂ ਦੀ ਰਾਈਟ ਚੋਇਸ ਸੀਗੀ। ਮੈਂ ਆਸ ਕਰਦੀ ਹਾਂ ਕਿ ਇਨ ਫਿਊਚਰ ਵੀ ਉਹ ਇਸੇ ਤਰ੍ਹਾਂ ਦੇ ਕੈਰੈਕਟਰਸ ਲੈਣ ਜੋ ਕਿ ਉਹ ਬੈਸਟ ਆਫ ਬੈਸਟ ਪਰਫਾਰਮ ਕਰ ਸਕਣ। ਵਿੱਕੀ ਅਹੂਜਾ ਦਾ ਕੈਰੈਕਟਰ ਇਸ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਭੋਲਾ ਦਿਖਾਇਆ ਗਿਆ ਹੈ, ਮਾਸੂਮ ਦਿਖਾਇਆ ਗਿਆ, ਹਰ ਕਿਸੇ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲਾ ਕੈਰੈਕਟਰ ਦਿਖਾਇਆ ਗਿਆ ਹੈ। ਬਟ ਉਹ ਟਰਾਈ ਕਰਦਾ ਸਮਾਰਟ ਹੋਣ ਦੀ, ਪਰ ਏਡਾ ਮਾਸੂਮ ਦਿਖਾਇਆ ਭੋਲਾ ਪੰਛੀ ਕਿ ਵਿਚਾਰੇ ਕੋਲ ਕੱਖ ਰੋਬ ਨਹੀਂ ਮਾਰਿਆ ਜਾਂਦਾ। ਔਰ ਇਸੇ ਕਰਕੇ ਫਿਲਮ ਦੇ ਵਿੱਚ ਕਾਫੀ ਵਧੀਆ ਹਸਬੈਂਡ, ਬੇਟੇ ਔਰ ਇੱਕ ਕਾਫੀ ਅੱਛੇ ਦੋਸਤ ਸਾਬਿਤ ਹੋਏ ਨੇ। ਕਿੱਥੋਂ ਮਿਲਦੇ ਆ ਉਹ ਜੇ ਮੁੰਡੇ? ਇੱਕ ਅੱਧਾ ਮੰਮੀ ਨੂੰ ਵੀ ਚਾਹੀਦਾ, ਓਹੋ ਜਵਾਈ ਚਾਹੀਦਾ ਉਹਨਾਂ ਨੂੰ ਇੱਕ। ਹਾਂ ਨਹੀਂ, ਉਹਨਾਂ ਨੂੰ ਚਾਹੀਦਾ, ਮੈਨੂੰ ਇੰਨਾ ਸਾਊ ਮੁੰਡਾ ਨਹੀਂ ਚਾਹੀਦਾ। ਸੋ ਨਿੰਜਾ ਫੈਨਸ ਤਾਂ ਜ਼ਰੂਰ ਇਸ ਫਿਲਮ ਨੂੰ ਵੇਖਣ ਜਾਣ, ਤੁਸੀਂ ਨਿੰਜਾ ਨੂੰ ਕਾਫੀ ਪਸੰਦ ਕਰੋਗੇ ਸਕਰੀਨ ਉੱਤੇ। ਇਸੇ ਤਰ੍ਹਾਂ ਫਿਲਮ ਦੇ ਵਿੱਚ ਐਂਟਰੀ ਹੁੰਦੀ ਹੈ ਦੂਸਰੀ ਰਿਕਵਰੀ ਏਜੰਟ ਦੀ ਜੋ ਕਿ ਹੈ ਸੋਨਮ ਬਾਜਵਾ ਉਰਫ ਬੱਬੂ। ਬੱਬੂ ਬੈਂਸ, ਇੱਕ ਪਾਸੇ ਤੂੰ ਬੱਬੂ ਇੱਕ ਪਾਸੇ ਹੈ ਜਗ ਸਾਰਾ। ਤੁਹਾਨੂੰ ਇਸ ਅੜਮ ਮੁਟਿਆਰ ਨੂੰ ਦੇਖ ਕੇ ਇੱਕੋ ਗੱਲ ਤੁਹਾਡੇ ਮਨ ਚ ਆਏਗੀ, ਮਾਈ ਫੁੱਟ ਐਡਾ ਐਟੀਟਿਊਡ ਐਡੀ ਆਕੜ। ਬਟ ਇਸੇ ਨੂੰ ਹੀ ਬੋਲਦੇ ਹੈ ਕੈਰੈਕਟਰ ਦਾ ਇੰਪੈਕਟ ਪੈਣਾ ਆਡੀਅੰਸ ਉੱਤੇ, ਕਿ ਆਡੀਅੰਸ ਪੁਰਾਣੇ ਕੈਰੈਕਟਰਸ ਨੂੰ ਔਰ ਰੀਅਲ ਜਿਹੜਾ ਇਨਸਾਨ ਆ ਐਕਟਰ ਨੂੰ ਭੁੱਲ ਜਾਏ ਔਰ ਕੈਰੈਕਟਰ ਦੇ ਨਾਲ ਕਾਫੀ ਜ਼ਿਆਦਾ ਕਨੈਕਟ ਹੋ ਜਾਏ। ਭਾਵੇਂ ਵੋਡਾਫੋਨ ਵਾਲਿਆਂ ਨੇ ਬੱਬੂ ਬੈਂਸ ਦਾ ਕਨੈਕਸ਼ਨ ਕੱਟਤਾ ਹੋਵੇ, ਪਰ ਬੱਬੂ ਬੈਂਸ ਦਾ ਆਡੀਅੰਸ ਦੇ ਨਾਲ ਨਾ ਕਾਫੀ ਵਧੀਆ ਕਨੈਕਸ਼ਨ ਬਣ ਗਿਆ ਹੈ। ਥਰੂਆਊਟ ਦ ਫਿਲਮ ਜਦ ਜਦ ਵੀ ਬੱਬੂ ਬੈਂਸ ਸਕਰੀਨ ਤੇ ਨਜ਼ਰ ਆਉਂਦੀ ਹੈ, ਡਾਇਲੋਗ ਬੋਲਦੀ ਹੈ, ਐਕਸਪ੍ਰੈਸ਼ਨਸ ਦਿੰਦੀ ਹੈ ਜਾਂ ਫਿਰ ਸਮਾਈਲ ਵੀ ਕਰਦੀ ਹੈ, ਤਾਂ ਲੋਕੀ ਬੱਬੂ ਬੈਂਸ ਨੂੰ ਵੇਖ ਕੇ ਕਾਫੀ ਜ਼ਿਆਦਾ ਖੁਸ਼ ਹੁੰਦੇ ਨੇ। ਕੰਗਨਾ ਰਣੌਤ ਨੇ ਜੋ ਪਲੇਨ ਕੀਤਾ ਹੈਗਾ ਕੁਈਨ ਦੇ ਵਿੱਚ, ਆਈ ਵੁੱਡ ਲਵ ਟੂ ਡੂ ਸਮਥਿੰਗ ਲਾਈਕ ਦੈਟ, ਆਈ ਵੁੱਡ ਜਸਟ ਲਵ ਟੂ ਡੂ ਸਮਥਿੰਗ ਲਾਈਕ ਦੈਟ ਐਂਡ ਦੈਨ ਯੈਸ ਸੈਕਿੰਡ ਆਈ ਵੁੱਡ ਲਵ ਟੂ ਡੂ ਸਮਥਿੰਗ ਲਾਈਕ
what Deepika has done in Cocktail. Exactly. So please, hun love interest banna band karo. Vadiya vadiya film karo. Choose good characters. Naale Parmeesh nahi. Please. Singham yaad hai. Mera na BP vadh janda hai. Coming in 1 second. Yeah. Hun gal karde ha film de ek hor actor di jo ki is film rahi apna Punjabi cinema de vich debut kar rahe ne. So sab to pehla ta welcome to Punjabi cinema. Main gal kar rahi ha Ajay Sarkariya di. Asal de vich Sarkariya ho ke Bansal da munda banna bahut aukha sega, but still jinna ko unhone screen te Bansal da munda ban ke entertain kita hai oh kafi vadhiya hai. First half de vich screen te kafi ghat nazar aunde ne, but second half aunde aunde oh kafi zyada promising lagan lag gaye sige. Jadon main Ajay Sarkariya de interviews vekh rahi si ta mainu laga ki na confidence de vich kami hogi, but na on screen oh kafi zyada confident lag rahe sige te camera friendly vi lag rahe sige, jo ki mainu lagda hai ki aun wale samay de vich hor zyada polish hoke screen te vadhiya lagunga. Anyways, ਅੱਗੇ ਬਹੁਤ ਲੰਮਾ ਪੈਂਡਾ ਪਿਆ ਆ, ਬਸ ਇੱਕੋ ਇੱਕ ਰਿਕੁਐਸਟ ਆ, ਥੋੜਾ ਸੋਚ ਸਮਝ ਕੇ ਆਪਣੇ ਕੈਰੇਕਟਰਸ ਨੂੰ ਚੂਜ਼ ਕਰਿਓ ਜੋ ਕਿ ਤੁਹਾਨੂੰ ਸੂਟ ਵੀ ਕਰਦੇ ਹੋਣ ਤੇ ਤੁਸੀਂ ਉਹਨੂੰ ਨਿਭਾਉਣ ਲੱਗੇ ਬਿਲਕੁਲ ਕੰਫੀਡੈਂਟ ਹੋਵੋ, ਜਸਟ ਲਾਈਕ ਰਿੰਕੂ ਬੰਸਲ. ਆਪਣੀ ਵਾਰੀ ਲੱਗਿਆ ਸੀ ਭਾਬੀ ਨੂੰ ਵੇਖਦੇ ਹੀ ਵਿਆਹ ਲਿਆ. ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਣਕ ਦੇਣਾ, ਹੁਣ ਠੀਕ ਬੋਲਿਆ ਮੈਂ? ਆਈ ਹੋਪ. ਪੰਜਾਬੀ ਸਿੱਖਦੀ ਪਈ ਹਾਂ, ਆਮ ਲਰਨਿੰਗ ਇਟ ਬੇਟਾ, ਲਰਨਿੰਗ ਇਟ. ਡਬਿੰਗ ਦੇ ਵਿੱਚ ਥੋੜ੍ਹੇ ਬਹੁਤੇ ਇਸ਼ੂ ਸੀਗੇ, ਬਟ ਕੋਈ ਨਾ, ਪਹਿਲੀ ਵਾਰ ਹੈ ਸੋ ਇਸ਼ੂ ਆਸ਼ੂ ਨੂੰ ਮੈਂ ਮਾਫ਼ ਕਰ ਦੇਣੀ ਹਾਂ. ਵੈਸੇ ਮੈਨੂੰ ਮਾਫ਼ੀ ਤੋਂ ਯਾਦ ਆਇਆ ਫਿਲਮ ਦਾ ਇੱਕ ਹੋਰ ਕੈਰੇਕਟਰ ਜੋ ਕਿ ਬਿਨਾਂ ਗੱਲੋਂ ਐਡਾ ਕੁ ਜ਼ਿਆਦਾ ਗੁੱਸਾ ਹੋ ਜਾਂਦਾ ਹੈ ਨਾ, ਤੇ ਦੂਜੇ ਨੂੰ ਮਾਫ਼ ਵੀ ਨਹੀਂ ਕਰਦਾ. ਗੱਲ ਕਰ ਰਹੀ ਹਾਂ ਮਹਿਰੀਨ ਦੀ, ਜੋ ਕਿ ਫਿਲਮ ਦੇ ਵਿੱਚ ਸ਼ਰੂਤੀ ਬਣੇ ਨੇ. ਇਟਸ ਸ਼ਰੂਤੀ ਨੋਟ ਸ਼ਰੂਤੀ. ਕੋਈ ਨਾ, ਕੋਈ ਗੱਲ ਨਹੀਂ, ਪਾਸ ਵੀ ਠੀਕ ਹੈ. ਇਸ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਲੱਗਾ ਕਿ ਐਪਰੋਪ੍ਰੀਏਟ ਡਬਿੰਗ ਤੇ ਨਾਲ ਹੀ ਨਾਲ ਕਲਾਸੀ ਆਊਟਫਿਟ ਜੋ ਕਿ ਉਹਨਾਂ ਦੇ ਕੈਰੇਕਟਰ ਲਾਈਫਸਟਾਈਲ ਨੂੰ ਮੈਚ ਕਰ ਰਹੇ ਸੀ, ਇਸ ਕਰਕੇ ਤੁਹਾਨੂੰ ਸ਼ਰੂਤੀ ਦਾ ਕੈਰੇਕਟਰ ਵੀ ਕਾਫੀ ਜ਼ਿਆਦਾ ਰੀਅਲ ਲੱਗੂਗਾ ਤੇ ਇਹੋ ਜੀ ਸ਼ਰੂਤੀ ਨਾ ਤੁਹਾਨੂੰ ਆਸ-ਪਾਸ ਗੁੱਸਾ ਕਰਦੀ ਹੋਈ ਨਜ਼ਰ ਆ ਜਾਊਗੀ. ਸੋ ਓਵਰਆਲ ਗੱਲ ਕੀਤੀ ਜਾਵੇ ਤਾਂ ਮੈਨੂੰ ਫਿਲਮ ਦੇ ਚਾਰੋਂ ਲੀਡ ਐਕਟਰਸ ਦੀ ਪਰਫਾਰਮੈਂਸ ਕਾਫੀ ਜ਼ਿਆਦਾ ਵਧੀਆ ਲੱਗੀ ਹੈ. ਤੁਸੀਂ ਜ਼ਰੂਰ ਇਸ ਫਿਲਮ ਨੂੰ ਵੇਖਣ ਜਾ ਸਕਦੇ ਹੋ. ਫਸਟ ਹਾਫ ਕਾਫੀ ਜ਼ਿਆਦਾ ਸਲੋ ਹੈ, ਬਟ ਸੈਕਿੰਡ ਹਾਫ ਦੇ ਵਿੱਚ ਕੋਈ ਸਿਆਣਾ ਬੰਦਾ ਨਾ ਰੇਸ ਤੇ ਪੈਰ ਰੱਪ ਦਿੰਦਾ ਹੈ ਤੇ ਬਸ ਫਿਰ ਫਿਲਮ ਨਾ ਸਲੋ ਹੁੰਦੇ ਹੁੰਦੇ ਰਾਈਟ ਸਪੀਡ ਫੜ ਲੈਂਦੀ ਆ. ਫਿਲਮ ਦੇ ਵਿੱਚ ਬੰਸਲ ਫੈਮਿਲੀ ਦੇ ਕਾਫੀ ਸਾਰੇ ਕੈਰੇਕਟਰਸ ਦਿਖਾਏ ਨੇ ਜੋ ਕਿ ਥਰੂ ਆਊਟ ਫਿਲਮ ਦੇ ਵਿੱਚ ਤੁਹਾਡੇ ਨਾਲ ਰਹਿਣਗੇ, ਔਰ ਉਹਨਾਂ ਸਾਰਿਆਂ ਨੇ ਜਿੰਨਾ ਵੀ ਰੋਲ ਮਿਲਿਆ ਸਾਰਿਆਂ ਨੇ ਕਾਫੀ ਅੱਛੀ ਜੋਬ ਕੀਤੀ ਹੈ. ਸਪੈਸ਼ਲ ਮੈਂਸ਼ਨ ਕਰਾਂ ਤੇ ਫਿਲਮ ਦੇ ਵਿੱਚ ਜਿਹੜੀ ਦਰਾਣੀ ਜਠਾਣੀ ਦਿਖਾਈ ਗਈ ਹੈ ਕਲਾਸ ਤੋਂ ਵੀ ਮੈਂ ਲਈ ਥੀ, ਗੱਲ ਸੁਣਨੀ ਮੇਰੀ, ਦੇ ਆਰ ਐਕਚੁਅਲੀ ਵੈਰੀ ਗੁੱਡ. ਔਰ ਅੱਛੀ ਗੱਲ ਇਹ ਆ ਕਿ ਕੁਝ ਰਿਪੀਟ ਫੇਸਿਸ ਸਾਨੂੰ ਦਿਖਾਈ ਨਹੀਂ ਦਿੱਤੇ, ਹਿੰਦੀ ਹਿੰਦੀ ਲੱਗ ਰਹੀ ਸੀ, ਪੰਜਾਬੀ ਪੰਜਾਬੀ ਲੱਗ ਰਹੀ ਸੀ. ਸੋ ਇਟਸ ਆਲ 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 ਗੁੱਡ. ਫਿਲਮ ਦੇ ਵਿੱਚ ਕਾਫੀ ਸਾਰੇ ਪੇਅਰਸ ਨੇ, ਸੋਨਮ ਦੇ ਨਾਲ ਅਜੇ ਸਰਕਾਰੀਆ, ਨਿੰਜਾ ਦੇ ਨਾਲ ਮਹਿਰੀਨ, ਬਟ ਮੈਨੂੰ ਸਭ ਤੋਂ ਫੇਵਰੇਟ ਜੋੜੀ ਲੱਗੀ ਆ ਸੋਨਮ ਬਾਜਵਾ ਤੇ ਨਾਲ ਹੀ ਨਾਲ ਨਿੰਜਾ ਦੀ ਜੋ ਬੱਬੂ ਬੈਂਸਾਬ ਤੜੀਆਂ ਵੀ ਤੜੀਆਂ ਕਿ ਫਿਲਮ ਦੇ ਵਿੱਚ ਆੜੀ ਦਾ ਕੈਰੇਕਟਰ ਨਿਭਾ ਰਹੇ ਨੇ ਔਰ ਦੋਨੋਂ ਇੱਕ ਦੂਸਰੇ ਦੇ ਨਾਲ ਕਾਫੀ ਜ਼ਿਆਦਾ ਵਧੀਆ ਸਕਰੀਨ ਤੇ ਕੈਮਿਸਟਰੀ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ. ਵੈਸੇ ਜੋੜੀ ਤੋਂ ਮੈਨੂੰ ਯਾਦ ਆਇਆ ਕਿ ਅਗਲੇ ਸਾਲ 2020 ਦੇ ਵਿੱਚ ਅੰਬਰਦੀਪ ਸਿੰਘ ਵੱਲੋਂ ਲਿਖੀ ਹੋਈ ਤੇ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਐਕਟ ਕਰ ਰਹੇ ਨੇ, ਉਹ ਫਿਲਮ ਰਿਲੀਜ਼ ਹੋ ਰਹੀ ਹੈ 26 ਜੂਨ 2020 ਦੇ ਵਿੱਚ. ਦਿਸ ਇਜ਼ ਜਸਟ ਆ ਇਮੋਸ਼ਨ ਨਿਕਲ ਆਇਆ ਬਾਰ, ਆਈ ਕਾਂਟ ਹੈਲਪ ਇਟ, ਆਊ ਆਮ ਸੌਰੀ. ਐਡਿਟ ਕਰਾ ਦਾਂਗੀ ਮੈਂ, ਨਹੀਂ ਨਹੀਂ ਕਰਾਵਾਂਗੀ ਤਾਂ ਕੀ ਹੋ ਗਿਆ, ਹਾਂ ਆ ਰਹੀ ਹੈ ਤੇ ਆ ਰਹੀ ਹੈ, ਕਰ ਲਓ ਜਿਹਨੇ ਜੋ ਕਰਨਾ. ਤੁਹਾਨੂੰ ਦੋ ਅੱਡ ਅੱਡ ਕਿਸਮ ਦੇ ਵਿਆਹ ਵੇਖਣ ਨੂੰ ਮਿਲਣਗੇ, ਯਾਨੀ ਕਿ ਅਰੇਂਜ ਮੈਰਿਜ ਤੇ ਲਵ ਮੈਰਿਜ, ਔਰ ਉਸ ਤੋਂ ਬਾਅਦ ਕਿਵੇਂ ਰਿਸ਼ਤਿਆਂ ਨੂੰ ਤੁਸੀਂ ਸਾਂਭਣਾ ਆ, ਕਿਵੇਂ ਤੁਸੀਂ ਆਪਣੇ ਘਰਦਿਆਂ ਦੇ ਨਾਲ ਬੌਂਡ ਬਣਾ ਕੇ ਰੱਖਣਾ, ਤੇ ਜੇ ਛੋਟੀ ਛੋਟੀ ਲੜਾਈ ਹੋ ਵੀ ਜਾਵੇ ਨਾ ਤੇ ਉਹਨੂੰ ਤੁਸੀਂ ਕਿਵੇਂ ਸੌਰਟ ਕਰਨਾ, ਇਗਨੋਰ ਕਰਨਾ, ਇਹ ਸਾਰਾ ਕੁਛ ਨਾ, ਇਹ ਸਾਰੇ ਇਮੋਸ਼ਨ ਜਿਹੜੇ ਆ ਤੁਹਾਨੂੰ ਫਿਲਮ ਅੜਬ ਮੁਟਿਆਰ ਦੇ ਵਿੱਚ ਦਿਖਾਈ ਦੇਣਗੇ. ਬਟ ਸੱਚੀ ਦੱਸਾਂ, ਅਸਲ ਮੈਨੂੰ ਕੀ ਲੱਗਾ, ਮੈਨੂੰ ਲੱਗਾ ਕਿ ਅੜਬ ਮੁਟਿਆਰ ਲਿਖੀ ਤਾਂ ਗਈ ਹੈ ਪਰ ਉਸਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਆ ਨਾ ਉਹ ਰਾਈਟਰ ਨੇ ਦਿਖਾਉਣੀ ਸੀਗੀ, ਜੋ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਬੜੀ ਪ੍ਰੋਬਲਮ ਆ ਕਿ ਪੁਰਸ਼ ਪ੍ਰਧਾਨ ਵਾਲੇ ਜ਼ਮਾਨੇ ਦੇ ਵਿੱਚ ਅੱਜ ਵੀ ਸ਼ਰੇਆਮ ਜਦੋਂ ਕਿਸੇ ਪੁਰਸ਼ ਪ੍ਰਧਾਨ ਦਾ ਵਿਆਹ ਹੁੰਦਾ ਹੈ ਤਾਂ ਵਿਆਹ ਤੋਂ ਬਾਅਦ ਉਹ ਸਿਰਫ ਪੁਰਸ਼ ਰਹਿ ਜਾਂਦਾ ਹੈ ਤੇ ਪ੍ਰਧਾਨਗੀ ਅੜਬ ਮੁਟਿਆਰਾਂ ਨੂੰ ਮਿਲ ਜਾਂਦੀ ਹੈ. ਹਮੇਸ਼ਾ ਕਹਿੰਦੀ ਆ ਨਾ, ਫਿਲਮਾਂ ਰੀਅਲ ਲਾਈਫ ਤੋਂ ਹੀ ਬਣਦੀਆਂ ਨੇ. ਪੁਰਸ਼ ਪ੍ਰਧਾਨ ਵਾਲੀ ਫੀਲਿੰਗ ਨੂੰ ਕਾਫੀ ਸਾਰੇ ਡਿਫਰੈਂਟ ਐਕਟਰਸ ਨੇ ਸਕਰੀਨ ਤੇ ਦਰਸਾਇਆ, ਜਿਵੇਂ ਬੀ ਐਨ ਸ਼ਰਮਾ, ਨਿੰਜਾ, ਰਿੰਕੂ ਬੰਸਲ, ਸੁਦੇਸ਼ ਲਹਿਰੀ ਤੇ ਹੋਰ ਵੀ ਜਿਹੜੇ ਲੀਡਿੰਗ ਐਕਟਰਸ ਨੇ ਉਹ ਬਾਅਦ ਤੋਂ ਬਾਅਦ ਕਿਵੇਂ ਆਪਣੀ ਵਾਈਫ ਦੇ ਅੱਗੇ ਝੁੱਕ ਜਾਂਦੇ ਨੇ. ਵੈਸੇ ਨਾ ਝੁੱਕਣਾ ਨਹੀਂ ਕਹਿੰਦੇ, ਇਹਨੂੰ ਐਡਜਸਟਮੈਂਟ ਕਹਿੰਦੇ, ਜਿਹੜੀ ਕਰਨੀ ਪੈਣੀ ਹੈ, ਪਰ ਤਾਂ ਕੋਈ ਆਪਸ਼ਨ ਥੋੜ੍ਹੀ ਆ. ਉਸ ਤੋਂ ਬਾਅਦ ਬੜੇ ਬੜੀ ਵਧੀਆ ਗੱਲ ਦਿਖਾਈ ਹੈ ਉਹਨਾਂ ਨੇ ਕਿ ਕੁੜੀ ਦੇ ਨਾਲ ਨਾਲ ਜਿਹੜਾ ਮੁੰਡਾ ਆ ਉਹ ਵੀ ਘਰ ਦੇ ਕੰਮ ਕਰਦਾ ਆ, ਭਾਂਡੇ ਧੋਂਦਾ ਆ, ਸਬਜ਼ੀ ਕੱਟਦਾ ਆ, ਕਾਫੀ ਕੋਪਰੇਟਿਵ ਆ. ਵੈਸੇ ਤਾਂ ਹਰ ਕੁੜੀ ਦਾ ਸੁਪਨਾ ਹੁੰਦਾ ਕਿ ਉਹਨੂੰ ਵੀ ਇਹੋ ਜਿਹਾ ਕੋਪਰੇਟਿਵ ਬੰਦਾ ਮਿਲੇ. ਵੈਸੇ ਹੁਣ ਨਾ ਸੁਪਨੇ ਤੋਂ ਮੈਨੂੰ ਇਹ ਵੀ ਯਾਦ ਆ ਗਿਆ ਕਿ 14 ਫਰਵਰੀ 2020 ਨੂੰ
ਨਾ ਵੀ ਰਿਲੀਜ਼ ਹੋ ਰਹੀ ਹੈ ਮੂਵਿੰਗ ਔਨ ਦ ਨੈਕਸਟ ਜੋ ਵੀ ਸਿਨੇਮਾ ਸਕ੍ਰਿਪਟ ਬੇਸਡ ਸਿਨੇਮਾ ਹੈ ਰਾਈਟਿੰਗ ਬੇਸਡ ਸਿਨੇਮਾ ਹੈ ਆਡੀਅੰਸ ਅੱਜ ਵੀ ਸਿਚੁਏਸ਼ਨ ਨੂੰ ਇਮੋਸ਼ਨ ਤੋਂ ਘੱਟ ਬਲਕਿ ਪੰਚਸ ਤੋਂ ਜ਼ਿਆਦਾ ਕਨੈਕਟ ਕਰ ਪਾਉਂਦੀ ਹੈ ਤੇ ਜੇ ਬੂੰਦੀ ਨਾ ਪਵੇ ਤਾਂ ਤੁਹਾਡੇ ਸੰਗ ਜੋ ਥੱਲੇ ਨਹੀਂ ਉਤਰਦੀ ਜਿਵੇਂ ਕਿ ਤੁੰਦ ਵਿੱਚ ਡਾਇਲੋਗ ਆ ਕਿ ਜਿਹੜਾ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦਾ ਨਾ ਉਹਦੀ ਕੁੱਤੇ ਖਾਣੀ ਹੁੰਦੀ ਹੈ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਨੂੰ ਰਿਲੇਟ ਕੀਤਾ ਕਿ ਨਹੀਂ ਕੀਤਾ ਕੀ ਕਿਹਾ ਹਾਂ ਇੱਕ ਹੋਰ ਡਾਇਲੋਗ ਚੰਗੇ ਬੰਦੇ ਨਾਲ ਤਾਂ ਹਰ ਕੋਈ ਕੱਟ ਲੈਂਦਾ ਹੈ ਗੱਲ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਮਾੜੇ ਬੰਦੇ ਨਾਲ ਵੀ ਜ਼ਿੰਦਗੀ ਕੱਟ ਕੇ ਵੇਖੋ ਨਹੀਂ ਫਿਲਮ ਵਿੱਚ ਇੱਕ ਹੋਰ ਡਾਇਲੋਗ ਹੈ ਜਿਸ ਨੂੰ ਰਿੰਕੂ ਬਾਂਸਲ ਬੋਲਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੀ ਜਵਾਕ ਪੜਦਾ ਆ ਨਾ ਉਹਦਾ ਵਿਆਹ ਬੜੀ ਛੇਤੀ ਹੋ ਜਾਂਦਾ ਆ ਐਗਰੀ ਕਰਦੇ ਹੋ ਕਿਵੇਂ ਤੁਹਾਡਾ ਕੀ ਕਹਿਣਾ ਪਲੀਜ਼ ਕਮੈਂਟ ਕਰਕੇ ਦੱਸਿਓ ਫਿਲਮ ਦੇ ਮਿਊਜ਼ਿਕ ਔਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਬੈਕਗ੍ਰਾਉਂਡ ਸਕੋਰ ਨੂੰ ਹਲੇ ਕਾਫੀ ਜ਼ਿਆਦਾ ਅਪਗ੍ਰੇਡ ਹੋਣ ਦੀ ਜ਼ਰੂਰਤ ਸੀ ਪੁਰਾਣੇ ਸਟਾਈਲ ਦੇ ਕਾਫੀ ਸਾਰੇ ਸਾਊਂਡ ਉਸ ਵਿੱਚ ਇਸਤੇਮਾਲ ਕੀਤੇ ਗਏ ਸੀਗੇ ਜੋ ਕਿ ਮੈਨੂੰ ਠੀਕ ਠਾਕ ਹੀ ਲੱਗਿਆ ਸਭ ਤੋਂ ਜ਼ਿਆਦਾ ਜਿਹੜਾ ਪੋਪੂਲਰ ਗੀਤ ਹੋਇਆ ਆ ਉਹ ਸਿੱਧੂ ਮੂਸੇਵਾਲੇ ਦਾ ਗੀਤ ਆ ਜੋ ਕਿ ਐਂਡ ਦੇ ਕ੍ਰੈਡਿਟ ਰੋਲ ਦੇ ਵਿੱਚ ਨਜ਼ਰ ਆਉਂਦਾ ਐਂਡ ਸੋਨਮ ਬਾਜਵਾ ਲੁੱਕਸ ਯਾਰ ਆਈ ਲਾਈਕ ਦਾ ਆਊਟਫਿਟ ਦੈਟ ਬਲੂ ਵਾਲਾ ਨਾ ਆਈ ਰੀਅਲੀ ਲਾਈਕ ਇਟ ਅੱਛਾ ਨਿਓਨ ਵਾਲਾ ਠੀਕ ਹੈ ਬਟ ਜਿਹੜਾ ਬਲੂ ਵਾਲਾ ਪੈਂਟਸ ਵਾਲਾ ਨਾ ਆਈ ਰੀਅਲੀ ਲਵ ਦੈਟ ਐਟ ਪੋਕਿਟਸ ਐਂਡ ਆਲ ਇਟਸ ਕੁਆਇਟ ਗੁੱਡ ਇਸ ਤੋਂ ਸਿਵਾ ਨਿੰਜਾ ਨੇ ਇੱਕ ਸੈਡ ਸੌਂਗ ਆਇਆ ਹੈ ਜੋ ਕਿ ਬਿਲਕੁਲ ਸਿਚੁਏਸ਼ਨ ਦੇ ਨਾਲ ਐਪਰੋਪ੍ਰੀਏਟ ਹੈ ਔਰ ਉਹਨਾਂ ਦੇ ਲਾਈਕ ਰੋਮਾਂਟਿਕ ਗੀਤ ਵੀ ਕਾਫੀ ਵਧੀਆ ਹੁੰਦੇ ਆ ਔਰ ਫਿਲਮ ਦੇ ਵਿੱਚ ਅੱਛਾ ਲੱਗ ਰਿਹਾ ਇਸ ਤੋਂ ਸਿਵਾ ਫਿਲਮ ਦੇ ਵਿੱਚ ਇੱਕ ਮਨਪ੍ਰੀਤ ਦੇ ਆਵਾਜ਼ ਤੇ ਹਰਮਨ ਦਾ ਲਿਖਿਆ ਹੋਇਆ ਹੋਰ ਗੀਤ ਆ ਜੋ ਕਿ ਇੱਕ ਵਾਰ ਵੀ ਆਈ ਡੋਂਟ ਨੋ ਵਾਈ ਫਿਲਮ ਦੀ ਕਿਸੇ ਵੀ ਕਾਸਟ ਜਾਂ ਕਿਸੇ ਵੀ ਕਰੂ ਨੇ ਸੋਸ਼ਲ ਨੈਟਵਰਕ ਸਾਈਟਸ ਤੇ ਜਿਹੜਾ ਹੈ ਉਹ ਸ਼ੇਅਰ ਨਹੀਂ ਕੀਤਾ ਹੈ ਆਈ ਡੋਂਟ ਨੋ ਬਟ ਇਹ ਤੁਹਾਡੀ ਫਿਲਮ ਦਾ ਗਾਣਾ ਸੀ ਤੁਸੀਂ ਸ਼ੇਅਰ ਕਰਦੇ ਕਾਫੀ ਅੱਛਾ ਗਾਣਾ ਹੈ ਮੈਂ ਸੁਣਿਆ ਉਸਨੂੰ ਤੁਸੀਂ ਸ਼ੇਅਰ ਕਰਦੇ ਵਧੀਆ ਲੱਗਦਾ ਆਈ ਡੋਂਟ ਨੋ ਵਟ ਇਜ਼ ਅ ਰੀਜ਼ਨ ਤੁਸੀਂ ਕਿਉਂ ਨਹੀਂ ਸ਼ੇਅਰ ਕੀਤਾ ਨੋਟ ਈਵਨ ਵਾਂਸ ਮੂਵਿੰਗ ਔਨ ਦਾ ਨੈਕਸਟ ਇੱਕ ਹੋਰ ਗਾਣਾ ਹੈ ਜਿਸ ਦੇ ਵਿੱਚ ਸੋਨਮ ਬਾਜਵਾ ਲਹਿੰਗਾ ਪਾ ਕੇ ਆਏ ਨੇ ਆਈ ਲਾਈਕ ਦੈਟ ਬਟ ਪਹਿਲੀ ਗੱਲ ਗੁਰਲੇਜ਼ ਅਖਤਰ ਦੀ ਆਵਾਜ਼ ਜਿਹੜੀ ਆ ਉਹ ਸੋਨਮ ਯਾਨੀ ਕਿ ਬੱਬੂ ਬੈਨ ਦੇ ਕੈਰੈਕਟਰ ਨੂੰ ਨਹੀਂ ਸੂਟ ਕਰ ਰਹੀ ਸੀਗੀ ਕੋਈ ਹੋਰ ਆਵਾਜ਼ ਹੋਣੀ ਚਾਹੀਦੀ ਸੀਗੀ ਉਸ ਗਾਣੇ ਦੇ ਵਿੱਚ ਇੱਕ ਹੋਰ ਇਸ਼ੂ ਆ ਕਿ ਉਹਦੀ ਠਾਂ ਠਾਂ ਜਿਹੜੀ ਗੋਲੀਆਂ ਦੀ ਆਵਾਜ਼ ਆਉਂਦੀ ਹੈ ਨਾ ਉਹ ਇਦਾਂ ਹੀ ਆ ਰਹੀ ਹੈ ਉਹ ਗਿਆ ਸ਼ਦਾ ਹਵਾ ਵਿੱਚ ਜਾਂਦੇ ਨੇ ਕਰਾਈ ਥਾ ਥਾ ਉਹ ਟੈਕਨੀਕਲੀ ਰੋਂਗ ਆ ਚੱਲਦੇ ਗਾਣੇ ਦੇ ਵਿੱਚ ਨਾ ਤੁਸੀਂ ਕੁਝ ਹੋਰ ਸਾਊਂਡ ਦੇ ਸਕਦੇ ਸੀ ਬਟ ਗੋਲੀ ਦੀ ਠਾਂ ਠਾਂ ਆਵਾਜ਼ ਇਜ਼ ਬੜੀ ਨਹੀਂ ਗੱਲ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਥਰਡ ਫਿਲਮ ਆ ਇਸ ਤੋਂ ਪਹਿਲਾਂ ਲਾਟੂ ਦੈਨ ਸਿਕੰਦਰ ਅਤੇ ਹੁਣ ਅੜਬ ਮੁਟਿਆਰਾਂ ਉਹਨਾਂ ਨੇ ਡਾਇਰੈਕਟ ਕੀਤੀਆਂ ਹੈ ਨੋ ਡਾਊਟ ਹੌਲੀ ਹੌਲੀ ਗ੍ਰਾਫ ਅੱਗੇ ਵੱਧਦਾ ਹੀ ਜਾ ਰਿਹਾ ਉਹਨਾਂ ਦਾ ਜਿਹੜਾ ਕੰਮ ਨਜ਼ਰ ਆਇਆ ਹੈ ਉਹ ਪੁਰਾਣੀ ਫਿਲਮਾਂ ਤੋਂ ਕਾਫੀ ਜ਼ਿਆਦਾ ਬੈਟਰ ਸੀਗਾ ਸੋ ਆਈ ਥੋਟ ਕਿ ਉਸ ਡਾਇਰੈਕਟਰ ਨੂੰ ਇੱਕ ਵਧੀਆ ਬਜਟ ਅਤੇ ਐਕਟਰਸ ਦੋਗੇ ਤਾਂ ਸ਼ਾਇਦ ਮਾਨਵ ਸ਼ਾਹ ਜਿਹੜੇ ਨੇ ਉਹ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਨਾ ਕੋਈ ਵਧੀਆ ਫਿਲਮ ਜਿਹੜੀ ਹੈ ਉਹ ਇਸ ਤੋਂ ਬਾਅਦ ਸਾਨੂੰ ਜ਼ਰੂਰ ਦੇਣਗੇ ਲਾਸਟ ਬਟ ਨੋਟ ਦ ਲੀਸਟ ਮਾਈ ਮੈਸੇਜ ਟੂ ਦ ਰਾਈਟਰ ਦਿਨਾਂ ਦੇ ਬਾਅਦ ਮੈਂ ਇਹੋ ਜਿਹੀ ਫਿਲਮ ਦੇਖੀ ਜਿੱਥੇ ਤੁਹਾਡੇ ਕੈਰੈਕਟਰਸ ਜਿਹੜੇ ਆ ਉਹ ਜਸਟਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਪਲੀਜ਼ ਏ ਲਿਸਟ ਔਰ ਵਧੀਆ ਪਰਫਾਰਮਰਸ ਲਿਆ ਕਰੋ ਨਾ ਕਿ ਸਿਰਫ ਜੋ ਡਿਜੀਟਲ ਸਟੈਬਲਿਸ਼ਡ ਲੋਕ ਨੇ ਇਸ ਪਾਸ ਮਾਈ ਮੈਸੇਜ ਅਗਰ ਕੋਈ ਵੀ ਜਾਣਦਾ ਆ ਧੀਰਜ ਰਤਨ ਜੀ ਨੂੰ ਤੇ ਮੇਰਾ ਸੁਨੇਹਾ ਘੱਲ ਦਿਓ ਦੈਟ ਹਾਂ ਮੈਂ ਆਈ ਨੋ ਦਿਸ ਇਜ਼ ਅ ਨੋਨ ਬ੍ਰਾਂਡ ਚੈਨਲ ਇੱਥੇ ਇੱਦਾਂ ਉੱਦਾਂ ਬਟ ਦਿਸ ਇਜ਼ ਅ ਵੈਲਿਊਏਬਲ ਟੋਕ ਇੱਦਾਂ ਮਤਲਬ ਇਹਨੂੰ ਕਹਿ ਰਹੇ ਨੇ ਲੋਕ ਬਾਕੀ ਤੁਸੀਂ ਵੀ ਦੇਖ ਸਕਦੇ ਹੋ ਅਮੀਰਨ ਵਰਲਡ ਦੇ ਵਿੱਚ ਇਸ ਵਕਤ ਅਸੀਂ ਪੰਜਾਬੀ ਸਿਨੇਮਾ ਟੋਕ ਸੀਰੀਜ਼ ਸਟਾਰਟ ਕੀਤੀ ਜਿੱਦਾਂ ਕਿ ਯੈਸ ਯੂ ਕੈਨ ਗੋ ਐਂਡ ਵਾਚ ਅੜਬ ਮੁਟਿਆਰਾ ਇਸ ਹਫਤੇ 18 ਅਕਟੂਬਰ ਨੂੰ ਰਿਲੀਜ਼ ਹੋਈ ਹੈ ਐਂਡ ਆਈ ਹੋਪ ਅਗਲੇ ਹਫਤੇ ਵੀ ਉਹ ਜ਼ਰੂਰ ਚੱਲੂਗੀ ਮੈਨੂੰ ਇਹ ਐਡੀਸ਼ਨਲ ਡਾਇਰੈਕਟਰ ਅਗਮ ਔਰ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਦਾ ਬਹੁਤ ਵਧੀਆ ਲੱਗਾ ਸੋ ਆਲ ਦਾ ਬੈਸਟ ਐਂਡ ਆਈ ਹੋਪ ਕਿ ਅਗਮ ਔਰ ਉਹਨਾਂ ਦੀ ਟੀਮ ਪੰਜਾਬੀ ਗੀਤਾਂ ਦੇ ਵਿੱਚ ਵੀ ਕੁਝ ਵਧੀਆ ਡਾਇਰੈਕਟਰ ਡਾਇਰੈਕਟਰ ਪੁਆਇੰਟ ਆਫ ਵਿਊ ਤੋਂ ਕੁਝ ਲੈ ਕੇ ਆਉਣਗੇ ਜਸਟ ਲਾਈਕ ਇਸ ਗਾਣੇ ਦੇ ਵਿੱਚ ਆਹ ਜਿਹੜਾ ਸ਼ੋਟ ਆ ਉਹ ਮੈਨੂੰ ਬਹੁਤ ਪਸੰਦ ਆਇਆ ਹੈਵ ਅ ਲੁੱਕ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਪਲੀਜ਼ ਉਹ ਕਰ ਸਕਦੇ ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਆ ਸਬਸਕ੍ਰਾਈਬ ਦ ਚੈਨਲ ਥੈਂਕ ਯੂ